ਰੂਪਨਗਰ ਦੇ ਵਿੱਚ ਬੀਜੇਪੀ ਦੇ ਵਿੰਗ ਆਰਐਸਐਸ ਵੱਲੋਂ ਰਾਮ ਮੰਦਰ ਨੂੰ ਲੈ ਕੇ ਰੂਪਨਗਰ ਦੇ ਵਿੱਚ ਪੁਲਿਸ ਦੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਬੀਜੇਪੀ ਦੇ ਵਿੰਗ ਆਰਐਸਐਸ ਵੱਲੋਂ ਰਾਮ ਮੰਦਰ ਨੂੰ ਲੈ ਕੇ ਵਿਸ਼ਾਲ ਰੱਥ ਯਾਤਰਾ ਕੱਢੀ ਗਈ। ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਭਰ 'ਚ ਬੀਜੇਪੀ ਅਤੇ ਆਰਐਸਐਸ ਦੇ ਹੋ ਰਹੇ ਵਿਰੋਧ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਦੇ ਸਖਤ ਪਹਿਰੇ ਹੇਠ ਇੱਕ ਰੱਥ ਯਾਤਰਾ ਕੱਢੀ ਗਈ। ਇਹ ਰੱਥ ਯਾਤਰਾ ਰੂਪਨਗਰ ਦੇ ਰਾਮਲੀਲਾ ਗਰਾਊਂਡ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਗਲੀਆਂ ਬਾਜ਼ਾਰਾਂ ਤੋਂ ਹੁੰਦੇ ਹੋਏ ਵਾਪਸ ਰਾਮਲੀਲਾ ਗਰਾਊਂਡ ਪਹੁੰਚੀ। ਦੀਪਕ, ਇਹ ਭਵਿਆ ਰੱਥ ਯਾਤਰਾ ਸ਼੍ਰੀ ਰਾਮ ਜਨਮ ਭੂਮੀ ਧਨ ਸੰਗ੍ਰਹਿ ਸਮਿਤੀ ਰੂਪਨਗਰ ਵੱਲੋਂ ਆਯੋਜਿਤ ਕੀਤੀ ਗਈ ਹੈ, ਜੋ ਭਗਵਾਨ ਸ਼੍ਰੀ ਰਾਮ ਜੀ ਦਾ ਮੰਦਿਰ ਅਯੋਧਿਆ ਧਾਮ ਵਿਖੇ ਬਣਨ ਜਾ ਰਿਹਾ ਹੈ। 492 ਸਾਲਾਂ ਤੋਂ ਦੀ ਉਡੀਕ ਕੀਤੀ ਜਾ ਰਹੀ ਸੀਗੀ ਔਰ ਸਮੂਹ ਭਾਰਤ ਦੇ ਭਾਈਚਾਰੇ ਵੱਲੋਂ ਸਾਰੀਆਂ ਜਾਤ ਪੰਥ ਸੰਪਰਦਾਇ ਸਭ ਨੂੰ ਕਹਿ ਰਹੇ ਪਾਰਟੀ ਬਾਜ਼ੀ ਤੋਂ ਉੱਠ ਕੇ ਰਾਮ ਜੀ ਸਾਹਿਬ ਦੇ ਸਾਂਝੇ ਨੇ ਔਰ ਅਸੀਂ ਸਾਰਿਆਂ ਦੇ ਵਿੱਚ ਇੱਕ ਅਲੱਗ ਇੱਕ ਜਾਗਰਤੀ ਜਗਾਉਣਾ ਚਾਹੁੰਦੇ ਹਾਂ। ਉਹ ਜਿਹੜਾ ਮੰਦਿਰ ਇਕੱਲਾ ਮੰਦਿਰ ਨਹੀਂ, ਰਾਸ਼ਟਰ ਮੰਦਿਰ ਬਣਨ ਜਾ ਰਿਹਾ ਹੈ। ਹਰ ਕੋਈ 10 ਰੁਪਏ, 100 ਰੁਪਏ, 1,000 ਰੁਪਏ ਦੇ ਸਹਿਯੋਗ ਦੇ ਨਾਲ ਜੋ ਕਿਸੇ ਦੀ ਜਿੰਨੀ ਸਮਰੱਥਾ ਹੈ, ਤਿਲ ਫੁੱਲ ਹੈ, ਉਹਦੇ ਨਾਮ ਦੇ ਉੱਤੇ ਆਪਣਾ ਮੰਦਿਰ ਬਣਨ ਜਾ ਰਿਹਾ ਹੈ। ਤੋ ਇਸ ਕਰਕੇ ਅਸੀਂ ਇਸ ਸ਼ਹਿਰ ਦੇ ਵਿੱਚ ਇਸ ਰੱਥ ਯਾਤਰਾ ਦਾ ਆਯੋਜਨ ਕਰ ਰਹੇ ਹਾਂ ਔਰ ਬਹੁਤ ਹੀ ਇਹਦਾ ਭਗਵਾ ਹੁੰਗਾਰਾ ਮਿਲ ਰਿਹਾ ਹੈ। ਹਰ ਵਰਗ ਦੇ ਲੋਕ, ਹਰ ਸਮਾਜ ਦੇ ਲੋਕ, ਹਰ ਪਾਰਟੀ ਦੇ ਲੋਕ ਇਸ ਰੱਥ ਯਾਤਰਾ ਦੇ ਵਿੱਚ ਸ਼ਮੂਲੀਅਤ ਕਰਕੇ ਭਗਵਾਨ ਰਾਮ ਜੀ ਦਾ ਨਾਮ ਲੈ ਕੇ ਆਪਣੇ ਪੁੰਨ ਦੇ ਭਾਗੀ ਬਣ ਰਹੇ ਨੇ। ਕਿਸਾਨ ਇਸ ਰੱਥ ਯਾਤਰਾ ਨੂੰ ਚੋਣਾਂ ਦੇ ਨਾਲ ਜੋੜ ਰਿਹਾ ਵੀ ਚੋਣਾਂ ਦੇ ਦੇ ਨਾਲ ਸੰਘਰਸ਼ ਨੂੰ ਕਹਿੰਦੇ ਕਮਜ਼ੋਰ ਕਰਨ ਵਾਸਤੇ। ਐਸਾ ਹੈ ਕਿ ਅਸੀਂ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਸਹਿਮਤ ਹਾਂ ਔਰ ਅਸੀਂ ਚਾਹੁੰਦੇ ਹਾਂ ਕਿ ਪਰਮਾਤਮਾ ਜਲਦੀ ਤੋਂ ਜਲਦੀ, ਅਸੀਂ ਭਗਵਾਨ ਸ਼੍ਰੀ ਰਾਮ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਸਰਕਾਰ ਔਰ ਕਿਸਾਨ ਭਰਾਈ ਮਿਲ ਕੇ ਜਲਦੀ ਤੋਂ ਜਲਦੀ ਇਸ ਜਿਹੜਾ ਕਾਨੂੰਨਾਂ ਦਾ ਉੱਤੇ ਹੱਲ ਕਰਨ ਔਰ ਪੂਰੇ ਭਾਰਤ ਦੇ ਵਿੱਚ ਇੱਕ ਸ਼ਾਂਤੀ ਬਣੇ। ਅਸੀਂ ਤਾਂ ਬਹੁਤ ਜ਼ਿਆਦਾ ਕਿਸਾਨਾਂ ਦੇ ਹੱਕ 'ਚ ਹਾਂ ਔਰ ਅਸੀਂ ਅੱਗੇ ਹੀ ਪਲੈਨਿੰਗ ਕਰ ਰਹੇ ਹਾਂ ਕਿ ਅਸੀਂ ਵੀ ਕੁਛ ਸੁਖਮਣੀ ਸਾਹਿਬ ਦੇ ਪਾਠ ਕਰੀਏ ਕਿ ਜਲਦੀ ਤੋਂ ਜਲਦੀ ਇਸ ਗੱਲ ਦਾ ਨਿਪਟਾਰਾ ਹੋਵੇ। ਔਰ ਚੋਣਾਂ ਨਾਲ ਇਹਦਾ ਕੋਈ ਮਕਸਦ ਨਹੀਂ ਹੈ, ਆਪਣੇ ਨਾਲ ਕਾਂਗਰਸੀ ਵੀਰ ਵੀ ਚੱਲ ਰਹੇ ਨੇ, ਅਕਾਲੀ ਵੀਰ ਵੀ ਚੱਲ ਰਹੇ ਨੇ, ਆਮ ਆਦਮੀ ਪਾਰਟੀ ਦੇ ਵੀ ਵੀਰ ਚੱਲ ਰਹੇ ਨੇ, ਰਾਮ ਜੀ ਸਭ ਦੇ ਸਾਂਝੇ ਨੇ। ਅਸੀਂ ਕਿਸੇ ਨੂੰ ਕੋਈ ਸਰੋਪਾ ਨਹੀਂ ਪਾ ਰਹੇ, ਨਾ ਕਿਸੇ ਕੋ ਪਵਾ ਰਹੇ ਹਾਂ, ਸਭ ਦੇ ਲਈ ਅਸੀਂ ਕਹਿ ਰਾਮ ਜੀ ਵਿਸ਼ੇਸ਼ ਹੈ। ਤੋ ਸਾਡਾ ਕਿਸੇ ਵੀ ਚੋਣਾਂ ਨਾਲ ਮਹੱਤਵ ਨਹੀਂ ਹੈ, ਇਸ ਤੋਂ ਬਾਅਦ ਸਭ ਆਪਣਾ ਰਾਮ ਜੀ ਦਾ ਕੰਮ ਕਰਨਗੇ, ਚੋਣਾਂ ਨਾਲ ਇਸ ਰੱਥ ਯਾਤਰਾ ਦਾ ਕੋਈ ਮਹੱਤਵ ਨਹੀਂ ਹੈ। ਸਾਰਿਆਂ ਦਾ ਯੋਗਦਾਨ, ਸਾਰੇ ਧਰਮਾਂ ਦਾ ਇਕੱਠਾ ਜਿਹੜਾ ਇੱਕ ਭਗਵਾਨ ਰਾਮ ਦੀ ਰੱਥ ਯਾਤਰਾ ਕੱਢੀ ਜਾ ਰਹੀ ਹੈ ਸਾਰਿਆਂ ਲਈ, ਸਾਰੇ ਧਰਮਾਂ ਦੇ ਲਈ, ਸਾਰੇ ਧਰਮ ਇਕੱਠੇ ਹੋ ਗਏ ਅੱਜ, ਇਕੱਠੇ ਹੋਏ ਨੇ ਸ਼ਹਿਰ ਦੇ ਵਿੱਚ। ਅਸੀਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਰਿਆਂ ਭੈਣਾਂ ਮਾਤਾਵਾਂ ਨੇ, ਭਰਾਵਾਂ ਨੇ ਆਪਣਾ ਯੋਗਦਾਨ ਦਿੱਤਾ। ਸਾਰੇ ਧਰਮਾਂ ਦੀ ਗੱਲ ਕੀਤੀ ਹੈ, ਕਿਸਾਨ ਨਾਰਾਜ਼ ਚੱਲ ਰਿਹਾ ਬੀਜੇਪੀ ਦੇ ਨਾਲ? ਨਹੀਂ, ਕਿਸਾਨ ਕੋਈ ਨਾਰਾਜ਼ ਨਹੀਂ ਬੀਜੇਪੀ ਦੇ ਨਾਲ, ਇਹ ਤਾਂ ਇੱਕ ਰਾਜਨੀਤੀ ਚੱਲੀ ਹੋਈ ਹੈ। ਵੈਸੇ ਇਸ ਮੁੱਦੇ ਦੇ ਉੱਪਰ ਕੋਈ ਕਿਸਾਨਾਂ ਦੀ ਗੱਲ ਕਰਨੀ ਵੀ ਨਹੀਂ ਚਾਹੀਦੀ, ਸਾਡੇ ਇਸ ਦੇ ਵਿੱਚ ਵੀ ਕਈ ਕਿਸਾਨ ਭਰਾ ਸਾਡੇ ਨਾਲ ਹੈਗੇ ਨੇ। ਇਹ ਰਾਮ ਜਨਮ ਭੂਮੀ ਵਾਸਤੇ ਜੋ ਉੱਥੇ ਮੰਦਰ ਦੀ ਉਸਾਰੀ ਹੋ ਰਹੀ ਹੈ ਉਹਦੇ ਵਾਸਤੇ ਕੱਢੀ ਜਾ ਰਹੀ ਹੈ ਔਰ ਸਾਰੇ ਰਾਮ ਭਗਤਾਂ ਨੂੰ ਇੱਥੇ ਇਸ ਵਿੱਚ ਜੁੜਨ ਵਾਸਤੇ ਇਹ ਕੱਢੀ ਜਾ ਰਹੀ, ਏਕਤਾ ਦੇ ਵਾਸਤੇ। ਕਿਸਾਨਾਂ ਦਾ ਸੰਘਰਸ਼ ਵੀ ਚੱਲ ਰਿਹਾ, ਕਿਵੇਂ ਦੇਖਦੇ ਹੋ ਬੀਜੇਪੀ ਦੇ ਖਿਲਾਫ ਕਾਫੀ ਰੋ ਸਕਦਾ? ਦੇਖੋ, ਬੀਜੇਪੀ ਦੇ ਖਿਲਾਫ ਕੋਈ ਸੰਘਰਸ਼ ਨਹੀਂ ਹੈ, ਇਹ ਮਨ ਦੇ ਜੋ ਫਰਕ ਹੈ ਆਪਸ 'ਚ ਲੋਕ ਪਾਉਣਾ ਚਾਹੁੰਦੇ ਨੇ, ਹਿੰਦੂ ਸਿੱਖ ਏਕਤਾ ਇੱਕੋ ਹੈ ਔਰ ਜਿਹੜੇ ਜ਼ਿਮੀਂਦਾਰਾਂ ਦਾ ਜਿਹੜਾ ਰੋਸ਼ ਹੈ ਜਾਂ ਕਿਸੇ ਦੀ ਵੀ ਆਪਸ ਵਿਰੋਧ ਹੈ ਇਹ ਮਿਲ ਬੈਠ ਕੇ ਹੀ ਸਮਝੀ ਜਾ ਸਕਦੀ। ਪੰਜਾਬ ਦੇ ਬੀਜੇਪੀ ਵਾਲੇ ਜਿਹੜੇ ਲੀਡਰ ਆਪਾਂ ਦੇ ਕਿਸਾਨਾਂ ਦੇ ਨਾਲ ਆ, ਸਮਝਦੇ ਅਸੀਂ ਦਰਦ, ਪਰੰਤੂ ਕੇਂਦਰ ਸਰਕਾਰ ਨਹੀਂ ਜਿਹੜੀ ਹੈ ਸਮਝ ਰਹੀ? ਨਹੀਂ, ਕੇਂਦਰ ਸਰਕਾਰ ਸਮਝ ਰਹੀ ਹੈ, ਮੋਦੀ ਸਾਹਿਬ ਨੇ ਆਹਵਾਨ ਕੀਤਾ ਹੈ ਅਤੇ ਉਸ ਆਹਵਾਨ ਦੇ ਵਿੱਚ ਅਕਾਲ ਤਖਤ ਜੀ ਜਥੇਦਾਰ ਸਾਹਿਬ ਨੇ ਵੀ ਆਹਵਾਨ ਕੀਤਾ ਹੈ, ਇਹ ਮਿਲ ਕੇ ਇੱਕ ਦੂਜੇ ਦੀ ਜਿਹੜੀ ਸੋਚ ਹੈ ਸਮਝ ਕੇ ਹੀ ਫੈਸਲਾ ਹੋਏਗਾ।